ਜਗਤਾਰ ਸਿੰਘ ਜੱਗੀ ਜੌਹਲ ਆ ਜਿਹੜਾ, ਉਹਦੇ 'ਤੇ ਦੋਸ਼ ਸਾਬਤ ਹੋਏ ਜਾਂ ਨਹੀਂ ਹੋਏ ਜਾਂ ਹੋਣੇ ਆ ਜਾਂ ਨਹੀਂ ਹੋਣੇ, ਪਰ ਜਿਹੋ ਜਿਹੀਆਂ ਕਹਾਣੀਆਂ ਅੰਦਰੋਂ ਨਿਕਲ ਕੇ ਆਈਆਂ ਪੰਜਾਬ ਪੁਲਿਸ ਦੀਆਂ, ਉਹ ਵੀ ਹੈਰਾਨ ਕਰਨ ਵਾਲੀਆਂ ਵੀ ਕਿਵੇਂ ਉਹ ਇੱਕ ਜਿਹੜਾ ਬ੍ਰਿਟਿਸ਼ ਨਾਗਰਿਕ ਹੈਗਾ ਅਤੇ ਉਹਨੂੰ ਇਹਨਾਂ ਨੂੰ ਕੋਈ ਵੀ ਉਹਨਾਂ ਦਾ ਵੀ ਡਰ ਨਹੀਂ ਲੱਗਦਾ, ਕਿਵੇਂ ਉਹਨਾਂ ਨੇ ਟਾਰਚਰ ਕੀਤਾ ਉਹਨੂੰ, ਕਿਸ ਤਰ੍ਹਾਂ ਉਹਦੇ ਜਿਹੜੇ ਮਨੁੱਖੀ ਜਿਹੜੇ ਅਧਿਕਾਰ ਸੀ ਕਿਵੇਂ ਕੁਚਲੇ ਗਏ ਆ, ਕਿਵੇਂ ਉਹਨੂੰ ਕੋਈ ਜਿਹੜਾ ਪ੍ਰੋਪਰ ਵਕੀਲ ਨਹੀਂ ਮਿਲਿਆ, ਕਿਵੇਂ ਉਹਨੂੰ ਟੋਰਚਰ ਕੀਤਾ ਗਿਆ ਜਾਂ ਉਹਨੂੰ ਰਿਮਾਂਡ 'ਤੇ ਰਿਮਾਂਡ, ਰਿਮਾਂਡ 'ਤੇ ਰਿਮਾਂਡ ਦੇ ਜਾ ਰਹੇ ਆ, ਫਿਰ ਇਹੋ ਜਿਹੀਆਂ ਘਟਨਾਵਾਂ ਚਿੰਤਾਜਨਕ ਹੈ, ਖਾਸ ਤੌਰ 'ਤੇ ਸਾਡੇ ਸਿੱਖਾਂ ਦੇ ਲਈ।